समराला कोट कॉम्पलैक्स विच तहसीलदार दे ऑफिस विच फर्द केंद्रां नूं चोरां दे वल्लों निशाना बना के चोरी दी वारदात नूं अंजाम दित्ता गया। दस दिए कि सीनियर असिस्टेंट तहसील दफ्तर समराला दे मुताबक कंप्यूटर चोरी दे नाल नाल रिकॉर्ड चोरी होण दा खदशा जताया जा रहा है। दस दिए कि चोरों के हौसले इन्ने बुलंद हो रहे हैं कि इस बार चोरों ने समराला के कोर्ट कॉम्पलैक्स तहसील दफ्तर के फर्द केंद्र दे विच चोरी की वारदात को अंजाम दे दिता, जो कि बिल्कुल थाने अते डीएसपी के दफ्तर के सामने महज 50 गज की दूरी से अते एसडीएम दफ्तर के नाल है। चोरों के वलों इस चोरी की वारदात को अंजाम दिता गया। चोरों के वलों तहसीलदार के रिकॉर्ड रूम में दाखिल हो कंप्यूटर से हाथ साफ किया गया। यह चोर एक निक्की जिही ताकी के राही तहसीलदार के ऑफिस दाखिल होया। तुसी खुद देख सकते हो किस तरह चोर बेखौफ किसी डर तो तहसीलदार दे दफ्तर विच दाखल हो रहा है बिना मुंह कवर करे। इस कैमरे दे विच रिकॉर्ड हो गई है सारी फुटेज, जिस दे विच चोर तहसीलदार दे दफ्तर दे विच बिना मुंह कवर करे दाखल हो रहा है। ਅਸੀਂ ਕਿ ਤੜਕੇ ਸਾਰ ਜਦੋਂ ਮੁਲਾਜ਼ਮ ਤਹਿਸੀਲਦਾਰ ਦੇ ਆਫਿਸ ਪਹੁੰਚੇ ਤਾਂ ਦੇਖਿਆ ਕਿ ਰਿਕਾਰਡ ਰੂਮ ਦਾ ਜਿੰਦਾ ਟੁੱਟਿਆ ਹੋਇਆ ਸੀ ਅਤੇ ਜਦ ਵੇਖਿਆ ਗਿਆ ਤਾਂ ਉਹਨਾਂ ਦੇ ਹੋਸ਼ ਉੱਡ ਗਏ। ਅਮਰਜੀਤ ਕੌਰ ਸੀਨੀਅਰ ਸਹਾਇਕ ਨੇ ਦੱਸਿਆ ਕਿ ਕੰਪਿਊਟਰਾਂ ਦੇ ਨਾਲ ਨਾਲ ਰਿਕਾਰਡ ਚੋਰੀ ਹੋਣ ਦਾ ਖਦਸ਼ਾ ਵੀ ਜ਼ਾਹਰ ਕੀਤਾ ਗਿਆ। ਉੱਥੇ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਨੇ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਮਰਜੀਤ ਕੌਰ ਤਹਿਸੀਲ ਸੀਨੀਅਰ ਅਸਿਸਟੈਂਟ ਤਹਿਸੀਲ ਦਫ਼ਤਰ ਸਮਰਾਲਾ। ਅਸੀਂ ਇੱਕ ਪ੍ਰਾਈਵੇਟ ਤੌਰ 'ਤੇ ਸਵੀਪਰ ਰੱਖਿਆ ਹੋਇਆ ਝਾੜੂ ਲਾਉਣ ਲਈ। ਉਹਨੇ 6 ਵਜੇ ਜਦੋਂ ਆ ਕੇ ਉਹ ਝਾੜੂ ਲਾਉਣ ਲਈ ਆਇਆ ਦਫ਼ਤਰ 'ਚ ਤਾਂ ਉਹਨੇ ਮੈਨੂੰ ਫੋਨ ਕੀਤਾ ਕਿ ਆਂਟੀ ਦਫ਼ਤਰ ਦੇ ਤਾਲੇ ਟੁੱਟੇ ਹੋਏ ਨੇ। ਤਾਂ ਮੈਂ ਉਹਨੂੰ ਕਿਹਾ ਵੀ ਤੂੰ ਇਸ ਟਾਈਮ ਬੰਦ ਕਰ ਦੇ, ਝਾੜੂ ਨਹੀਂ ਲਗਾਉਣਾ, ਵੀ ਅਸੀਂ 7:30 ਵਜੇ ਆ ਕੇ ਆਪੇ ਦਫ਼ਤਰ ਦੇਖਾਂਗੇ। ਅਤੇ 7:30 ਵਜੇ ਆ ਕੇ ਅਸੀਂ ਮੈਂ ਦਫ਼ਤਰ ਖੁਲਵਾਇਆ, ਮੇਰਾ ਸਟਾਫ ਸਾਰਾ ਹੀ ਦਫ਼ਤਰ ਬਾਹਰ ਖੜ੍ਹਾ ਹੋਇਆ ਸੀਗਾ। ਮੈਂ ਆ ਕੇ ਦਫ਼ਤਰ ਖੁਲਵਾਇਆ ਤਾਂ ਆ ਕੇ ਦੇਖਿਆ ਕਿ ਫਰਦ ਕੇਂਦਰ ਦਾ ਤਾਲਾ ਤੋੜ ਕੇ ਬਾਹਰ ਸੁੱਟਿਆ ਹੋਇਆ ਅਤੇ ਕੰਪਿਊਟਰ ਸਾਰੇ ਗਾਇਬ ਨੇ ਅਤੇ ਫਰਦ ਕੇਂਦਰ ਵਾਲਿਆਂ ਦੀ ਐਸ ਐਮ ਦੀ ਅਲਮਾਰੀ ਆ ਉਹਦਾ ਵੀ ਤਾਲਾ ਟੁੱਟਿਆ ਹੋਇਆ। ਥਾਣੇ ਦੇ ਬਿਲਕੁਲ ਸਾਹਮਣੇ ਆ, 50 ਮੀਟਰ ਦੀ ਦੂਰੀ ਵੀ ਨਹੀਂ ਗੀ। ਚੋਰੀ ਹੋਣਾ ਇੱਕ ਸਵਾਲੀਆ ਨਿਸ਼ਾਨ ਨਹੀਂ ਖੜਾ ਹੁੰਦਾ ਫਰਦ ਕੇਂਦਰ 'ਚ। ਹੁਣ ਸਰ ਇਸ ਬਾਰੇ ਕੀ ਕਹਿ ਸਕਦੇ ਹਾਂ ਵੀ ਕੌਣ ਆ ਕੇ ਅੰਦਰ ਵੜਿਆ? ਦਰਵਾਜ਼ੇ ਦੋਨਾਂ ਪਾਸੇ ਤੋਂ ਬੰਦ ਸੀਗੇ, ਇਹ ਨਹੀਂ ਪਤਾ ਵੀ ਅਗਲਾ ਕਿੱਥੋਂ ਆ ਕੇ। ਕੋਈ ਸੀਸੀਟੀਵੀ ਕੈਮਰੇ ਲੱਗੇ ਹੋਣਗੇ? ਕੈਮਰੇ ਲੱਗੇ ਹੋਏ ਨੇ, ਅੰਦਰ ਵੀ ਕੈਮਰੇ ਲੱਗੇ ਹੋਏ ਨੇ ਜੀ ਫਰਦ ਕੇਂਦਰ 'ਚ। ਉਹ ਐਸਡੀਐਮ ਦਫ਼ਤਰ 'ਚ ਚੱਲਦੇ ਨੇ ਅਤੇ 2 ਕਮਰੇ ਬਾਹਰ ਲੱਗੇ ਹੋਏ ਨੇ। ਇੱਕ ਕੈਮਰੇ ਦਾ ਉਹਨਾਂ ਨੇ ਚੋਰਾਂ ਨੇ ਉੱਪਰ ਨੂੰ ਚੱਕ ਦਿੱਤਾ ਹੋਇਆ ਉਹਦੀ ਲੋਕੇਸ਼ਨ। ਕਾਰਡ ਸੇਫ ਹੋਏਗਾ ਕਿ ਨਹੀਂ ਲੱਗਦਾ ਨਹੀਂ ਵੀ ਨਾਲੇ ਸਰ ਇਹ ਕੰਪਿਊਟਰਾਂ 'ਚ ਜੋ ਫਰਦ ਕੇਂਦਰ ਦਾ ਰਿਕਾਰਡ ਆ ਪਟਵਾਰੀਆਂ ਦਾ ਉਹਦੇ ਵਿੱਚ ਸੇਵ ਹੁੰਦਾ ਅਤੇ ਉਹ ਏਐਸਐਮ ਦੱਸ ਸਕਦਾ ਵੀ ਉਹ ਸੇਵ ਹੈ ਜਾਂ ਨਹੀਂ ਹੈ। ਰਜਿਸਟਰ ਵਗੈਰਾ ਜਿਹੜੇ ਕਾਗਜ਼ੀ? ਹਾਂਜੀ, ਉਹ ਏਐਸਐਮ ਨੂੰ ਪਤਾ ਹੋਊਗਾ ਉਹਨਾਂ ਦਾ ਕਿੰਨਾ ਰਿਕਾਰਡ ਅੰਦਰ ਪਿਆ ਸੀਗਾ ਅਤੇ ਕਿੰਨਾ ਗਾਇਬ ਹੋਇਆ ਜੀ।